ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੇਤਕੌਰ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਟ੍ਰੈਂਡਿੰਗ ਐਂਡ ਇੰਪੋਰਟੈਂਟ ਰਹਿਣ ਵਾਲੀ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਨ ਵਾਲੇ ਹਾਂ ਔਸਕਰ ਅਵਾਰਡ 2023 ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਇਸ ਵੀਡੀਓ ਦੇ ਵਿੱਚ ਸਾਰੇ ਇੰਪੋਰਟੈਂਟ ਐਮਸੀਕਿਊ ਮੈਂ ਤੁਹਾਡੇ ਲਈ ਲੈ ਕੇ ਆਈਆਂ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਅੱਜ ਦੀ ਇਸ ਵੀਡੀਓ ਨੂੰ ਭੁੱਲ ਕੇ ਵੀ ਨਾ ਛੱਡਿਓ ਜਿੰਨੇ ਵੀ ਐਮਸੀਕਿਊ ਐਗਜ਼ਾਮ ਦੇ ਲਈ ਇੰਪੋਰਟੈਂਟ ਬਣ ਸਕਦੇ ਸੀ ਉਹ ਸਾਰੇ ਮੈਂ ਇਸ ਵੀਡੀਓ ਦੇ ਵਿੱਚ ਐਡ ਕਰ ਦਿੱਤੇ ਆ ਜੇਕਰ ਤੁਸੀਂ ਪੂਰੀ ਵੀਡੀਓ ਨੂੰ ਧਿਆਨ ਨਾਲ ਦੇਖ ਲੈਨੇ ਹੋ ਤਾਂ ਐਗਜ਼ਾਮ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਐਮਸੀਕਿਊ ਨਹੀਂ ਹੋਵੇਗਾ ਜੋ ਇਸ ਤੋਂ ਬਾਹਰ ਆ ਜਾਵੇ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਸਭ ਤੋਂ ਪਹਿਲਾਂ ਆਪਾਂ ਜਾਣ ਲੈਣੇ ਆ ਕਿ ਔਸਕਰ ਅਵਾਰਡ ਹੁੰਦੇ ਕੀ ਆ ਦੇਖੋ ਔਸਕਰ ਅਵਾਰਡ ਨੂੰ ਅਕਾਦਮੀ ਪੁਰਸ਼ਕਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਫਿਲਮੀ ਦੁਨੀਆ ਦਾ ਸਭ ਤੋਂ ਪ੍ਰਸਿੱਧ ਸਨਮਾਨ ਤੇ ਇਸ ਦੀ ਸਥਾਪਨਾ 1927 ਦੇ ਵਿੱਚ ਹੋਈ ਸੀ ਤੇ ਪਹਿਲੀ ਵਾਰ 1929 ਦੇ ਵਿੱਚ ਇਹ ਪ੍ਰਦਾਨ ਕੀਤਾ ਗਿਆ ਸੀ ਤੇ ਇਹ ਪੁਰਸਕਾਰ ਅਕੈਡਮੀ ਆਫ ਮੋਸ਼ਨ ਪਿਕਚਰਸ ਆਰਟਸ ਐਂਡ ਸਾਇੰਸ ਦੁਆਰਾ ਹਰੇਕ ਸਾਲ ਦਿੱਤੇ ਜਾਂਦੇ ਆ ਇਸ ਦੇ ਵਿੱਚ বিজেਤਾਵਾਂ ਨੂੰ 골ਡਨ ਪਲੇਟਡ ਸਟੈਚੂ ਦਿੱਤਾ ਜਾਂਦਾ ਜੋ ਕਿ ਤੁਹਾਡੇ ਸਾਹਮਣੇ ਇਮੇਜ ਦੇ ਵਿੱਚ ਜਿਸ ਨੂੰ ਅਸੀਂ ਔਸਕਰ ਬੋਲਦੇ ਆ ਠੀਕ ਹੈ ਤੇ ਭਾਰਤ ਦੇ ਲਈ ਪਹਿਲਾ ਔਸਕਰ ਅਵਾਰਡ 1983 ਦੇ ਵਿੱਚ ਭਾਣੂ ਅਥਈਆ ਨੇ ਜਿੱਤਿਆ ਉਹਨਾਂ ਨੂੰ ਇਹ ਅਵਾਰਡ ਗਾਂਧੀ ਵਿੱਚ ਕਾਸਟਮ ਡਿਜ਼ਾਈਨ ਕਰਨ ਦੇ ਲਈ ਮਿਲਿਆ ਸੀ ਜਾਨਕਿ ਫਿਲਮ ਸੀਗੀ ਗਾਂਧੀ ਉਹਦੇ ਵਿੱਚ ਕਾਸਟਮ ਡਿਜ਼ਾਈਨ ਕਰਨ ਦੇ ਲਈ ਦਿੱਤਾ ਗਿਆ ਸੀ ਤੇ ਔਸਕਰ ਦੇ ਵਿੱਚ ਪਹਿਲੀ ਭਾਰਤੀ ਫਿਲਮ ਮਦਰ ਇੰਡੀਆ ਸੀ ਠੀਕ ਹੈ ਜਿਸ ਨੂੰ 1957 ਦੇ ਵਿੱਚ ਅਵਾਰਡ ਮਿਲਿਆ ਸੀ ਔਸਕਰ ਦਾ ਠੀਕ ਹੈ ਤੇ ਪ੍ਰੋਡਿਊਸ ਕਿਹਨੇ ਕੀਤੀ ਸੀ ਮਹਿਮੂਦ ਖਾਨ ਨੇ ਹੁਣ ਅਸੀਂ ਅਗਲਾ ਪ੍ਰਸ਼ਨ ਕਰਦੇ ਹਾਂ ਸਾਡਾ 95 ਅਕੈਡਮੀ ਅਵਾਰਡ ਸਮਾਰੋਹ 2023 ਕਿੱਥੇ ਆਯੋਜਿਤ ਕੀਤਾ ਗਿਆ ਹਾਂਜੀ ਇਹ ਜਿਹੜਾ ਅਕੈਡਮੀ ਸਮਾਰੋਹ ਸੀ ਜਾਨੀ ਕਿ ਔਸਕਰ ਅਵਾਰਡਸ ਸੀਗਾ ਇਹ 91 ਨੰਬਰ ਦਾ ਸੀ 95 ਨੰਬਰ ਦਾ ਸੀਗਾ ਠੀਕ ਹੈ ਤੇ ਇਹ ਕਿੱਥੇ ਹੋਇਆ ਵਾ ਇਹ ਹੋਇਆ ਵਾ ਜੀ ਅਮਰੀਕਾ ਦੇ ਅਮਰੀਕਾ ਦੇ ਹਾਂਜੀ ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ ਹੋਇਆ ਆਪਸ਼ਨ ਨੰਬਰ ਏ ਇੱਥੇ ਰਾਈਟ ਆਨਸਰ ਹੈ ਠੀਕ ਹੈ ਜੀ ਤੇ ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ ਦੇ ਡਾਲਬੀ تھیਟਰ ਦੇ ਵਿੱਚ ਹੋਇਆ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਅਗਲਾ ਪ੍ਰਸ਼ਨ ਕਿਸ ਭਾਰਤੀ ਫਿਲਮ ਨੇ ਔਸਕਰ 2023 ਵਿੱਚ ਬੈਸਟ ਡਾਕੂਮੈਂਟਰੀ ਲਘੂ ਫਿਲਮ ਪੁਰਸਕਾਰ ਜਿੱਤਿਆ ਹਾਂਜੀ ਭਾਰਤੀ ਫਿਲਮ ਦਾ ਐਲੀਫੈਂਟ ਵਿਸਪਰਸ ਇਸ ਨੇ ਬੈਸਟ ਡਾਕੂਮੈਂਟਰੀ ਲਘੂ ਫਿਲਮ ਦਾ ਪੁਰਸਕਾਰ ਜਿੱਤਿਆ ਔਸਕਰ ਅਵਾਰਡ 2023 ਦੇ ਵਿੱਚ অপশন ডি ইজ দা রাইট आंसर ठीक है जी द एलिफेंट विस्पर्स ਤੇ ਇਸ ਦੇ ਡਾਇਰੈਕਟਰ ਕੌਣ ਆ ਕਿੰਨਾ ਨੇ ਪ੍ਰੋਡਿਊਸ ਕੀਤੀ ਹੈ ਹਾਂਜੀ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਆਂਸਰ ਦਿਓ ਕਿਉਂਕਿ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਆਲਰੇਡੀ ਇਸ ਦੇ ਬਾਰੇ ਕੱਲ ਆਪਾਂ ਕਰੰਟ ਅਫੇਅਰ ਦੇ ਵਿੱਚ ਕੀਤਾ ਸੀਗਾ ঠিক ਹੈ ਜੀ ਤੇ ਇਸ ਦੇ ਡਾਇਰੈਕਟਰ ਆ ਜੀ ਹਾਂਜੀ ਇਸ ਦੇ ਜਿਹੜੇ ਡਾਇਰੈਕਟਰ ਆ ਕੌਣ ਨੇ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਦੱਸੋ ਇਸ ਦੇ ਡਾਇਰੈਕਟਰ ਨੇ ਗੁਨੀਤ ਮੌਨਗਲਾ ਅਗਲਾ ਪ੍ਰਸ਼ਨ ਕੇ ਇਸ ਫਿਲਮ ਨੇ 95 ਔਸਕਰ ਅਵਾਰਡ 2023 ਵਿੱਚ ਸਰਵੋਤਮ ਫਿਲਮ ਪੁਰਸਕਾਰ ਜਿੱਤੇ ਆ ਹਾਂਜੀ 95 ਔਸਕਰ ਅਵਾਰਡ 2023 ਦੇ ਵਿੱਚ ਸਰਵੋਤਮ ਫਿਲਮ ਦਾ ਪੁਰਸਕਾਰ ਜਿੱਤੇ ਆ ਕਿਹਨਾਂ ਨੇ ਜਿੱਤੇ ਆ ਕਿਹੜੀ ਫਿਲਮ ਨੇ ਜਿੱਤੇ ਆ एवरीथिंग एवरीवेयर 올 ਇਟ ਵਾਂਸ ਆਪਸ਼ਨ ਨੰਬਰ ਡੀ ਇਜ਼ ਦ ਰਾਈਟ ਆਨਸਰ ਠੀਕ ਹੈ ਜੀ ਤੇ ਇਸ ਫਿਲਮ ਦੇ ਡਾਇਰੈਕਟਰ ਕੌਣ ਨੇ ਡੈਨੀਅਲ ਕਵਾਨ ਅਤੇ ਡੈਨੀਅਲ ਸਕੈਨਰਟ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਅਗਲਾ ਪ੍ਰਸ਼ਨ ਆ ਜੀ ਆਸਕਰ ਅਵਾਰਡ 2023 ਵਿੱਚ ਸਰਵੋਤਮ ਡਾਕੂਮੈਂਟਰੀ ਫੀਚਰ ਫਿਲਮ ਦਾ ਅਵਾਰਡ ਕਿਸ ਨੂੰ ਦਿੱਤਾ ਗਿਆ ਹਾਂਜੀ ਆਸਕਰ ਅਵਾਰਡ 2023 ਦੇ ਵਿੱਚ ਸਰਵੋਤਮ ਡਾਕੂਮੈਂਟਰੀ ਫੀਚਰ ਫਿਲਮ ਦਾ ਜਿਹੜਾ ਅਵਾਰਡ ਆ ਇਹ ਮਿਲਿਆ ਵਾ ਨੈਵਲਨੀ ਨੂੰ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਨੈਵਲਨੀ ਠੀਕ ਹੈ ਜੀ ਤੇ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਆਸਕਰ ਆਸਕਰ ਅਵਾਰਡ 2023 ਵਿੱਚ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਕਿੰਨਾਂ ਨੂੰ ਮਿਲਿਆ ਹੈ ਹਾਂਜੀ ਆਸਕਰ ਅਵਾਰਡ 2023 ਦੇ ਵਿੱਚ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਮਿਲਿਆ ਕੇ ਹੂੰ ਕੁਆਨ ਨੂੰ ਆਪਸ਼ਨ D ਇਜ਼ ਦਾ ਰਾਈਟ ਆਨਸਰ ਤੇ ਕਿਹੜੀ ਫਿਲਮ ਹੈ ਇਹਨਾਂ ਦੀ ਹਾਂਜੀ ਕਿਹੜੀ ਫਿਲਮ ਦੇ ਲਈ ਮਿਲਿਆ एवरीथिंग एवरीवेयर ऑल एट वंस ਲਈ ਠੀਕ ਹੈ ਅਗਲਾ ਪ੍ਰਸ਼ਨ ਆਸਕਰ ਅਵਾਰਡ 2023 ਵਿੱਚ ਸਰਵੋਤਮ ਸਹਾਇਕ ਅਭਿਨੇਤਰੀ ਦਾ ਪੁਰਸਕਾਰ ਕਿਸ ਨੇ ਜਿੱਤਿਆ ਹਾਂਜੀ ਸਰਵੋਤਮ ਸਹਾਇਕ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ ਹੈ ਕਿੰਨਾ ਨੇ ਜਿੱਤਿਆ ਹੈ ਜੈਮੀ ਲੀ ਕਲਟਿਸ ਨੇ ਆਪਸ਼ਨ A ਇਜ਼ ਦਾ ਰਾਈਟ ਆਨਸਰ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਜੈਮੀ ਲੀ ਕਲਟਿਸ ਠੀਕ ਹੈ ਜੀ ਤੇ ਇਹਨਾਂ ਨੇ ਕਿਹੜੀ ਫਿਲਮ ਦੇ ਲਈ ਜਿੱਤੇ ਆ ਦਾ एवरीथिंग एवरीवेयर 올 ਐਟ ਵਾਂਸ ਦੇ ਲਈ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਕਿਹੜੀ ਫਿਲਮ ਨੇ ਔਸਕਰ ਵਿੱਚ 2023 ਦਾ ਸਰਵੋਤਮ ਅੰਤਰਰਾਸ਼ਟਰੀ ਫਿਕਚਰ ਫਿਲਮ ਪੁਰਸਕਾਰ ਜਿੱਤਿਆ ਹਾਂਜੀ 2023 ਦਾ ਸਰਵੋਤਮ ਅੰਤਰਰਾਸ਼ਟਰੀ ਫਿਕਚਰ ਪੁਰਸਕਾਰ ਜਿੱਤਿਆ ਵਾਂ 올 ਕੁਇਟ ਔਨ ਦਾ ਵੈਸਟਰਨ ਫਰੰਟ অপਸ਼ਨ A ਇਜ਼ ਦਾ ਰਾਈਟ ਆਨਸਰ ਤੇ ਇਸ ਦੇ ਡਾਇਰੈਕਟਰ ਕੌਣ ਨੇ ਐਡਵਰਡ ਵਰਜ਼ਰ ਕੀਜੀ ਤੇ ਤੁਸੀਂ ਦੇਖ ਸਕਦੇ ਹੋ ਫਿਲਮ 올 ਕੁਆਇਟ ਔਨ ਦਾ ਵੈਸਟਰਨਸ ਫਰੰਟ ਅਗਲਾ ਪ੍ਰਸ਼ਨ ਕਿਸ ਫਿਲਮ ਨੇ ਔਸਕਰ 2023 ਵਿੱਚ ਬੈਸਟ ਸ਼ਾਰਟ ਐਨੀਮੇਟਡ ਫਿਲਮ ਦਾ ਅਵਾਰਡ ਜਿੱਤਿਆ ਹਾਂਜੀ ਔਸਕਰ 2023 ਵਿੱਚ ਬੈਸਟ ਸ਼ਾਰਟ ਐਨੀਮੇਟਡ ਫਿਲਮ ਦਾ ਅਵਾਰਡ ਜਿੱਤਿਆ ਹੈ ਕਿਹੜੀ ਫਿਲਮ ਨੇ ਜਿੱਤਿਆ ਹੈ ਦਾ ਬੋਵਾਏ ਦਾ ਮਾਲ ਦਾ ਫੌਕਸ ਐਂਡ ਦਾ ਹਾਰਸ অপশন ডি ইজ দা রাইট आंसर ਇਹ ਦੇਖ ਸਕਦੇ ਹੋ ਤੁਸੀਂ ইমেজ ਦੇ ਵਿੱਚ ਇਹ মুਵੀ ਆ ਪਿਕਚਰ ਠੀਕ ਹੈ ਅਗਲਾ ਪ੍ਰਸ਼ਨ ਹੈ ਜੀ ਕਿ ਇਸ ਫਿਲਮ ਨੇ ਔਸਕਰ ਵਿੱਚ 2023 ਦਾ ਸਰਵੋਤਮ ਐਨੀਮੇਟਡ ਫਿਲਮ ਪੁਰਸਕਾਰ ਜਿੱਤਿਆ ਹਾਂਜੀ ਸਰਵੋਤਮ ਐਨੀਮੇਟਡ ਫਿਲਮ ਪੁਰਸਕਾਰ ਜਿੱਤਿਆ ਕਿਹੜੀ ਫਿਲਮ ਨੇ ਜਿੱਤਿਆ ਤਾਂ ਇਹ ਜਿੱਤਿਆ ਵਾਜੀ ਜੂ ਲੇਰਾਮੋ ਡੈਲ ਟੋਰੋਜ਼ ਪਿਨੋਚਿਓ ਠੀਕ ਹੈ অপਸ਼ਨ ਨੰਬਰ ਏ ਇਜ਼ ਅ ਰਾਈਟ ਆਂਸਰ ਵੈਰੀ ਇੰਪੋਰਟੈਂਟ ਤੇ ਦੇਖ ਸਕਦੇ ਹੋ ਤੁਸੀਂ ਇਸ ਦੀ ਵੀ ਇਮੇਜ ਅਗਲਾ ਪ੍ਰਸ਼ਨ ਆ ਜੀ ਕਿਸ ਫਿਲਮ ਨੇ ਔਸਕਰ 2023 ਵਿੱਚ ਸਰਵੋਤਮ ਲਘੂ ਫਿਲਮ ਪੁਰਸਕਾਰ ਜਿੱਤਿਆ ਹਾਂਜੀ ਸਰਵੋਤਮ ਲਘੂ ਫਿਲਮ ਪੁਰਸਕਾਰ ਜਿੱਤਿਆ ਏ ਇਹ ਜਿੱਤਿਆ ਏ ਐਨ ਆਇਰਸ ਗੁੱਡ ਬਾਏ ਨੇ অপਸ਼ਨ ਡੀ ਇਜ਼ ਅ ਰਾਈਟ ਆਂਸਰ ਠੀਕ ਹੈ ਜੀ ਤੇ ਇਸ ਦੇ ਡਾਇਰੈਕਟਰ ਕੌਣ ਨੇ ਰੋਸ ਵਾਈਟ ਐਂਡ ਟੌਮ ਵਰਕਲੇ ਇਕੇ ਜੀ ਤੇ ਅਗਲਾ ਪ੍ਰਸ਼ਨ ਔਸਕਰ ਅਵਾਰਡ ਕਿਸ ਸਾਲ ਸ਼ੁਰੂ ਹੋਇਆ ਸੀ ਹਾਂਜੀ ਔਸਕਰ ਅਵਾਰਡ 2023 ਆਪਾਂ ਕਹਿ ਸਕਦੇ ਆ ਔਸਕਰ ਅਵਾਰਡ ਆ ਜਿਹੜਾ ਕਿਸ ਸਾਲ ਸ਼ੁਰੂ ਹੋਇਆ ਸੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਸ਼ੁਰੂ ਕਿਸ ਸਾਲ ਹੋਇਆ ਸੀ 1929 ਦੇ ਵਿੱਚ ਸ਼ੁਰੂ ਹੋਇਆ ਸੀ ਤੇ ਸਥਾਪਨਾ ਕਦੋਂ ਹੋਈ ਸੀ ਸਥਾਪਨਾ 1927 ਦੇ ਵਿੱਚ ਹੋਈ ਸੀ ਠੀਕ ਹੈ 1929 ਦੇ ਵਿੱਚ ਸ਼ੁਰੂ ਹੋਇਆ ਸੀਗਾ ਇਹ ਪੁਰਸਕਾਰ ਅਕੈਡਮੀ ਆਫ ਮੋਸਮ ਇਮੋਸ਼ਨ ਪਿਕਚਰਸ ਆਰਟਸ ਐਂਡ ਸਾਇੰਸ ਦੁਆਰਾ ਹਰੇਕ ਸਾਲ ਦਿੱਤੇ ਜਾਂਦੇ ਆ ਇਸ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਗੋਲਡਨ ਸਟੈਚੂ ਦਿੱਤਾ ਜਾਂਦਾ ਵਾ ਤੇ ਭਾਰਤ ਦਾ ਜਿਹੜਾ ਪਹਿਲਾ ਓਸਕਰ ਅਵਾਰਡ ਆ 1983 ਦੇ ਵਿੱਚ ਭਾਨੂ ਅਥਈਆ ਨੇ ਜਿੱਤਿਆ ਸੀ ਫਿਲਮ ਗਾਂਧੀ ਦੇ ਵਿੱਚ ਕੋਸਟਮ ਡਿਜ਼ਾਈਨ ਕਰਨ ਦੇ ਲਈ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਕਿਸ ਅਭਿਨੇਤਰੀ ਨੂੰ ਓਸਕਰ ਸਮਾਰੋਹ 2023 ਵਿੱਚ ਪੁਰਸਕਾਰ ਦੇਣ ਲਈ ਸੱਦਾ ਦਿੱਤਾ ਗਿਆ ਸੀ ਹਾਂਜੀ ਔਸਕਰ ਸਮਾਰੋਹ 2023 ਦੇ ਵਿੱਚ ਪੁਰਸਕਾਰ ਦੇਣ ਦੇ ਲਈ ਸਵੱਦਾ ਦਿੱਤਾ ਗਿਆ ਦੀਪਿਕਾ ਪਾਦੁਕੋਨ ਨੂੰ ਆਪਸ਼ਨ ਡੀ ਇਸ ਆ ਰਾਈਟ ਆਨਸਰ ਅਗਲਾ ਪ੍ਰਸ਼ਨ ਔਸਕਰ ਅਵਾਰਡਸ 2023 ਦਾ ਸਰਵੋਤਮ ਮੂਲ ਗੀਤ ਪੁਰਸਕਾਰ ਜਿੱਤਣ ਵਾਲਾ ਪਹਿਲਾ ਭਾਰਤੀ ਗੀਤ ਕਿਹੜਾ ਬਣਿਆ ਵੈਰੀ ਇੰਪੋਰਟੈਂਟ ਹਾਂਜੀ ਔਸਕਰ ਅਵਾਰਡ ਦੇ ਲਈ ਫਿਲਮ ਸ਼ਾਰਟਲਟ ਹੋਈ ਸੀ ਸ਼ਾਰਟ ਆਊਟ ਹੋਈ ਸੀ ਨਾトゥ ਆਰ 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 ਠੀਕ ਹੈ ਆਰ 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 ਫਿਲਮ ਦਾ ਨਾਮ ਆ ਟ੍ਰਿਪਲ ਆਰ ਤੇ ਇਹ ਫਿਲਮ ਆ ਜਿਹੜੀ ਸ਼ਾਰਟ ਆਊਟ ਕੀਤੀ ਗਈ ਸੀ ਤੇ ਇਹਦਾ ਸੌਂਗ 나ਟੂ 나ਟੂ ਇਸ ਨੇ ਓਸਕਰ ਅਵਾਰਡ 2023 ਜਿੱਤਿਆ অপਸ਼ਨ A ਇਸ ਦਾ ਰਾਈਟ ਆਨਸਰ ਇਸ ਦਾ ਸੌਂਗ ਆ ਸੌਂਗ ਦਾ ਨਾਮ ਆ 나ਟੂ 나ਟੂ ਠੀਕ ਹੈ ਇਹ ਹੁਣ ਤੁਸੀਂ ਯਾਦ ਰੱਖਣਾ 나ਟੂ 나ਟੂ ਇਸ ਦਾ ਸੌਂਗ ਆ ਤੇ ਇਸ ਸੌਂਗ ਦੇ ਜਿਹੜੇ ਗਾਇਕ ਸੀਗੇ ਉਹ ਸੀਗੇ ਐਮ ਐਮ ਕਿਰਵਣੀ ਠੀਕ ਹੈ ਤੇ ਇਹ ਲਿਖਿਆ ਸੌਂਗ ਕਿੰਨਾ ਨੇ ਆ 나ਟੂ 나ਟੂ ਚੰਦਰ ਬੋਸ ਨੇ ਫਿਲਮ ਦੇ ਡਾਇਰੈਕਟਰ ਕੌਣ ਨੇ ਡਾਕਟਰ ਐਸ ਐਸ ਰਾਜ਼ਾ ਮੋਲੀ ਤੇ ਇਸ ਗਾਣੇ ਨੇ 2023 ਵਿੱਚ ਬੈਸਟ Song ਦਾ ਅਵਾਰਡ ਜਿੱਤਿਆ ਔਸਕਰ 2023 ਠੀਕ ਹੈ ਇਹ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਔਸਕਰ ਅਵਾਰਡ 2023 ਵਿੱਚ ਸਰਵੋਤਮ ਅਦਾਕਾਰ ਦਾ ਪੁਰਸਕਾਰ ਕਿਸ ਨੇ ਜਿੱਤਿਆ ਹਾਂਜੀ ਸਰਵੋਤਮ ਅਦਾਕਾਰ ਦਾ ਪੁਰਸਕਾਰ ਜਿੱਤਿਆ ਔਸਕਰ ਅਵਾਰਡ 2023 ਦੇ ਵਿੱਚ ਇਹਨਾਂ ਨੇ ਜਿੱਤਿਆ ਵਾ ਬ੍ਰੈਂਡਨ ਫਰੈਂਡਸ ਨੇ ਆਪਸ਼ਨ ਸੌਰੀ ਬ੍ਰੈਂਡ ਬ੍ਰੈਂਡਨ ਫਰਾਜ਼ਰ ਨੇ ਠੀਕ ਹੈ অপਸ਼ਨ B ਇਜ਼ ਦਾ ਰਾਈਟ ਆਂਸਰ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਬ੍ਰੈਂਡਨ ਫਰਾਜ਼ਨ ਤੇ ਇਹਨਾਂ ਦੀ ਫਿਲਮ ਆ ਜਿਹੜੀ ਕਿਹੜੀ ਫਿਲਮ ਦੇ ਲਈ ਜਿੱਤੇ ਇਹਨਾਂ ਨੇ ਦਾ ਬੇਲ ਕੇ ਲਈਏ ਠੀਕ ਹੈ ਅਗਲਾ ਪ੍ਰਸ਼ਨ ਔਸਕਰ 2023 ਵਿੱਚ ਸਰਵੋਤਮ ਅਭਿਨੇਤਰੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਏਸ਼ੀਅਨ ਔਰਥ ਕੌਣ ਬਣੀ ਹਾਂਜੀ ਸਰਵੋਤਮ ਪੁਰਸਕਾਰ ਜਿੱਤਣ ਵਾਲੀ ਪਹਿਲੀ ਏਨ ਔਰਥ ਬਣੀ ਆ ਕੌਣ ਬਣੀ ਆ ਵਿਸਾਇਲ ਜੋ অপশন সি ইজ দা রাইট आंसर মিসিয়াল জো ਜਿਹੜੀ ਕਿ ਹਾਂਗਕਾਂਗ ਦੀ ਆ ਇਹਨਾਂ ਨੇ ਸਰਵੋਤਮ ਅਭਿਨੇਤਰੀ ਪੁਰਸਕਾਰ ਜਿੱਤੇ ਆ ਤੇ ਦੇਖ ਸਕਦੇ ਹੋ ਤੁਸੀਂ ইমেজ ਦੇ ਵਿੱਚ ਵੀ ਤੇ ਕਿਹੜੀ ਫਿਲਮ ਦੇ ਲਈ ધ एवरीथिंग एवरीवेयर ऑल ਐਟ ਵਾਂਸ ਅਗਲਾ ਪ੍ਰਸ਼ਨ ਔਸਕਰ 어ਵਾਰਡ 2023 ਵਿੱਚ ਸਰਵੋਤਮ ਨਿਰਦੇਸ਼ਕ ਪੁਰਸਕਾਰ ਕਿਸ ਨੇ ਜਿੱਤਿਆ ਹਾਂਜੀ ਔਸਕਰ 어ਵਾਰਡ 2023 ਦੇ ਵਿੱਚ ਸਰਵੋਤਮ ਨਿਰਦੇਸ਼ਕ ਪੁਰਸਕਾਰ ਜਿੱਤਿਆ ਵਾ ਇਹਨਾਂ ਨੇ ਜਿੱਤਿਆ ਡੈਨੀਅਲ ਹਾਂਜੀ ਡੈਨੀਅਲ ਕੋਵਨ ਐਂਡ ਡੈਨੀਅਲ ਐਂਡ ਡੈਨੀਅਲ ਸਚਨੈਰਟ ਨੇ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਵਾਰਥ ਆਫ ਦੀ ਅਬਵ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਜੇਕਰ ਅਪ ਇਸਦੀ ਗੱਲ ਕਰੀਏ ਡੈਨੀਅਲ ਕੋਵਨ ਐਂਡ ਡੈਨੀਅਲ ਸਕਨੈਰਟ ਇਹਨਾਂ ਦੋਨਾਂ ਨੇ ਜਿੱਤਿਆ ਵਾ ਤੇ ਇਹ ਕਿਹੜੀ ਫਿਲਮ ਦੇ ਡਾਇਰੈਕਟਰ ਆ एवरीथिंग एवरीवेयर 올 ਐਟ ਵਾਂਸ ਠੀਕ ਹੈ ਅਗਲਾ ਪ੍ਰਸ਼ਨ ਹੈ ਇਮੇਜ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਡੈਨੀਅਲ ਕੋਵਨ ਐਂਡ ਡੈਨੀਅਲ ਸਕਨੈਰਟ ਅਗਲਾ ਪ੍ਰਸ਼ਨ ਆਸਕਰ ਅਵਾਰਡ ਦਾ ਕਿਹੜਾ ਐਡੀਸ਼ਨ ਮਾਰਚ 2023 ਵਿੱਚ ਹੋਇਆ ਹਾਂਜੀ ਕਿਹੜਾ ਐਡੀਸ਼ਨ ਮਾਰਚ 2023 ਵਿੱਚ ਹੋਇਆ 95 95th ਐਡੀਸ਼ਨ ਆ ਜਿਹੜਾ 2023 ਦੇ ਵਿੱਚ ਹੋਇਆ ਵਾ ਹੁਣ ਆਪਾਂ ਆਸਕਰ ਅਵਾਰਡ ਦੇ ਵਿੱਚ ਜਿੰਨੀਆਂ ਵੀ ਮਤਲਬ ਕਿ ਚੋ ਅਵਾਰਡ ਜਿਨ੍ਹਾਂ ਨੂੰ ਮਿਲੇ ਆ ਕਾਦੇ ਵਿੱਚ ਮਿਲੇ ਆ ਉਹ ਇੱਕ ਵਾਰ ਫਿਰ ਤੋਂ ਰਿਵਾਈਜ਼ ਕਰ ਲੈਨੇ ਆ ਸਰਵੋਤਮ ਅਦਾਕਾਰ ਦਾ ਪੁਰਸਕਾਰ ਜਿੱਤਿਆ ਜੋ ਇੰਪੋਰਟੈਂਟ ਫੈਕਟ ਆ ਉਹੀ ਮੈਂ ਲਿਖੇ ਨੋਟ ਕੀਤੇ ਆ ਰਿਵਾਈਜ਼ ਦੇ ਲਈ ਠੀਕ ਹੈ ਸਰਵੋਤਮ ਅਦਾਕਾਰ ਦਾ ਜਿਹੜਾ ਅਪਾ ਕਹਿ ਸਕਦੇ ਆ ਅਵਾਰਡ ਆ ਔਸਕਰ ਅਵਾਰਡ 2023 ਉਹ ਜਿੱਤੇ ਆ ਬ੍ਰੈਂਡਨ ਫਰੇਜ਼ਰ ਨੇ ਸਰਵੋਤਮ ਅਭਿਨੇਤਰੀ ਦਾ ਜਿੱਤੇ ਆ ਮਿਜ਼ੈਲ ਜੋਨ ਨੇ ਠੀਕ ਹੈ ਸਰਵੋਤਮ ਫਿਲਮ ਦਾ ਜਿੱਤਿਆ ਵਾ ਔਸਕਰ ਅਵਾਰਡ 2023 ਸਰਵੋਤਮ ਫਿਲਮ ਕਿਹੜੀ ਬਣੀ ਆ एवरीथिंग एवरीवेयर 올 ਐਟ ਵਾਂਸ ਸਰ ਤੇ ਸਰਵੋਤਮ ਨਿਰਦੇਸ਼ਕ ਕੌਣ ਬਣਿਆ ਜਾਣ ਕੇ ਡਾਇਰੈਕਟਰ ਤਾਂ ਇਹ एवरीथिंग एवरीवेयर 올 ਐਟ ਵਾਂਸ ਦੇ ਹੀ ਡਾਇਰੈਕਟਰ ਆ ਡੈਨੀਅਲ ਕਵਾਨ ਅਤੇ ਡੈਨੀਅਲ ਜ਼ਿਨੇਰਟ ਬੈਸਟ ਡਾਇਰੈਕਟਰ ਕਾਰਡ ਬਣਿਆ ਡੈਨੀਅਲ ਕਵਾਨ ਐਂਡ ਡੈਨੀਅਲ ਜਿਵੇਂ ਕਿ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਸਕੈਨਟ ਬੈਸਟ ਓਰੀਜਨ Song ਕਿਹੜਾ ਬਣਿਆ ਵਾ ਯਾਨੀ ਕਿ ਇਸ ਦੇ ਵਿੱਚ ਜਿਹੜਾ ਸਰਵੋਤਮ Song ਆ ਜਿਹੜਾ ਜਾਂ ਬੈਸਟ Song ਆ ਸਭ ਤੋਂ ਵਧੀਆ Song ਆ 2023 ਔਸਕਰ ਦੇ ਲਈ ਚੁਣਿਆ ਗਿਆ ਉਹ 나ਟੂ 나ਟੂ ਆਰ 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 ਦਾ ਗੀਤ ਆ 나ਟੂ 나ਟੂ ਡਾਕਟਰ ਐਸ ਐਸ ਰਾਜਾਮੋਲੀ ਦੀ ਫਿਲਮ ਆ ਏ ਠੀਕ ਹੈ ਬੈਸਟ ਸਾਊਂਡ ਸਾਊਂਡ ਬੈਸਟ ਸਾਊਂਡ ਕਿਹੜੀ ਬਣੀ ਆ ਟੌਪ ਗਨ ਮਵੇਰਿਕ ਠੀਕ ਹੈ ਤੇ ਬੈਸਟ ਅਡੇਪਟਡ ਸਕਰੀਨ ਪਲੇ ਕਿਹੜੀ ਬਣੀ ਆ ਸਾਰਾ ਪੋਲੀ ਬੈਸਟ ਫਿਲਮ ਐਡੀਟਿੰਗ ਕਿਹੜੀ ਬਣੀ ਆ एवरीथिंग एवरीवेयर 올 ਐਟ ਵਾਂਸ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ